ਨਿਸ਼ਚਿਤਤਾ ਤੇ ਅਨਿਸ਼ਚਿਤ ਸਮੇਂ ਨਾਲ ਆਪਾਂ ਸਿੰਸ ਅਤੇ ਫੋਰ ਦਾ ਇਸਤੇਮਾਲ ਕਿਦਾਂ ਕਰ ਸਕਦੇ ਆ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਮਝਾਉਂਗਾ ਚੰਗੀ ਤਰ੍ਹਾਂ ਨਾਲ ਜਦੋਂ ਤਾਂ ਨਿਸ਼ਚਿਤ ਸਮਾਂ ਹੁੰਦਾ ਹੈ ਉਦੋਂ ਆਪਾਂ ਜਿਵੇਂ ਪੱਕਾ ਸਮਾਂ ਦਿੱਤਾ ਹੋਵੇ ਸਵੇਰ ਤੋਂ ਦੁਪਹਿਰ ਤੋਂ ਸ਼ਾਮ ਤੋਂ ਕੱਲ ਤੋਂ ਐਤਵਾਰ ਤੋਂ ਜਨਵਰੀ ਤੋਂ ਬਚਪਨ ਤੋਂ 1995 ਤੋਂ ਜਾਂ ਆਪਣਾ 2 ਵਜੇ ਤੋਂ ਹੈਨਾ 55 ਤੋਂ ਦਿੱਤਾ ਹੋਵੇ ਆਪਣਾ ਸਮਾਂ ਇੱਥੇ ਫਿਰ ਆਪਾਂ ਇੱਥੇ ਯੂਜ਼ ਕਰਾਂਗੇ ਸਿੰਸ ਹੁਣ ਮੈਂ ਯੂਜ਼ ਕਰ ਦੱਸਦਾ ਤੁਹਾਨੂੰ ਕਿ ਮੈਂ ਕਰਨਾ ਹੈ ਸਵੇਰ ਤੋਂ ਸਿੰਸ ਮਾਰਨਿੰਗ ਦੁਪਹਿਰ ਤੋਂ ਸਿੰਸ ਆਫਟਰਨੂਨ ਸ਼ਾਮ ਤੋਂ ਸਿੰਸ ਈਵਨਿੰਗ ਐਤਵਾਰ ਤੋਂ ਸਿੰਸ ਸੰਡੇ ਜਨਵਰੀ ਤੋਂ ਸਿੰਸ ਜਨਵਰੀ ਬਚਪਨ ਤੋਂ ਸਿੰਸ ਚਾਈਲਡਹੂਡ 9055 ਤੋਂ ਸਿੰਸ 9055 ਹੈਨਾ 1955 ਤੇ 2 ਵਜੇ ਤੋਂ ਸਿੰਸ 2:00 ਕਲੋਕ ਤੇ ਕੱਲ ਤੋਂ ਤੁਸੀਂ ਤੁਸੀਂ ਦੱਸਣਾ ਕੀ ਹੋਊਗਾ ਇਹਦਾ ਇਤਵਾਰਾਂ ਦਾ ਅਨਿਸ਼ਚਿਤ ਸਮਝ ਲੋ ਆਪਾਂ ਨੂੰ ਸਮਾਂ ਪੱਕਾ ਨਹੀਂ ਹੁੰਦਾ ਵੀ ਜਿਹਦਾ ਆਪਾਂ ਨੂੰ ਸਮੇ ਦਾ ਪੱਕਾ ਪਤਾ ਨਹੀਂ ਹੁੰਦਾ ਉਦੋਂ ਆਪਾਂ ਯੂਜ਼ ਕਰਦੇ ਆ 4 4 ਦਾ ਇਸਤੇਮਾਲ ਹੁੰਦਾ ਹੈ ਜਿਵੇਂ ਇੱਕ ਦਿਨ ਤੋਂ 4 ਵਨ ਡੇ ਕਈ ਦਿਨਾਂ ਤੋਂ 4 ਮੈਨੀ ਡੇਸ ਕਈ ਮਹੀਨਿਆਂ ਤੋਂ 4 ਮੈਨੀ ਮੰਥ ਕਈ ਸਾਲਾਂ ਤੋਂ ਇੱਕ ਸਾਲ ਤੋਂ 4 ਵਨ ਈਅਰ ਜਿਹੜਾ ਆਪਾਂ ਨੂੰ ਸਮੇ ਦਾ ਪੱਕਾ ਨਹੀਂ ਪਤਾ ਹੁੰਦਾ ਹੈਗਾ ਉਦੋਂ ਆਪਾਂ ਨੇ 4 ਦਾ ਯੂਜ਼ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਉਮੀਦ ਹੈ ਕਿ ਤੁਹਾਨੂੰ ਇਹ ਡਿਫਰੈਂਸ ਪਤਾ ਲੱਗ ਗਿਆ ਹੋਵੇਗਾ ਤੇ ਇਹਦਾ ਯੂਜ਼ ਕਿੱਦਾਂ ਕਰਨਾ ਹੈ ਪਤਾ ਲੱਗ ਗਿਆ ਹੋਵੇਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ